ਇੱਥੇ ਜਿਹੜੇ ਸਤਿਗੁਰੂ ਜੀ ਨੇ ਬਚਨ ਕੀਤੇ ਉਹ ਵੀ ਬੜਾ ਨੁਕਤਾ ਸਮਝਣ ਵਾਲਾ ਹੈ ਅਤੇ ਧਿਆਨ ਵਿੱਚ ਰੱਖਣ ਵਾਲਾ ਹੈ। ਸਤਿਗੁਰੂ ਜੀ ਨੇ ਦੋ ਸਵਾਲ ਕੀਤੇ ਨੇ ਭਾਈ ਦਇਆ ਸਿੰਘ ਜੀ ਨੂੰ ਕਿ ਭਾਈ ਦਇਆ ਰਾਮ ਜੀ, ਪਹਿਲਾਂ ਇਹ ਗੱਲ ਦੱਸੋ ਕਿ ਕੋਈ ਤਕਲੀਫ ਤਾਂ ਨਹੀਂ, ਕੋਈ ਤਕਲੀਫ ਹੋਵੇ ਤਾਂ ਤੁਸੀਂ ਉੱਠ ਕੇ ਖੜ੍ਹੇ ਹੋ ਗਏ ਹੋ। ਦੂਸਰਾ ਇਹ ਦੱਸੋ ਕਿਸੇ ਗੱਲੋਂ ਦੁਖੀ ਤਾਂ ਨਹੀਂ, ਕਿਉਂਕਿ ਮਰਨ ਵਾਸਤੇ ਬੰਦਾ ਤਾਂ ਹੀ ਤਿਆਰ ਹੁੰਦਾ ਹੈ। ਦੁਖੀ ਹੋ ਗਿਆ ਕਿਸੇ ਗੱਲੋਂ, ਅੱਕ ਕੇ ਸਟੈਪ ਲੈਣਾ ਪੈ ਗਿਆ, ਅੱਕ ਕੇ ਦੁਖੀ ਹੋ ਕੇ ਇਹ ਕਦਮ ਚੁੱਕਣਾ ਪੈ ਗਿਆ। ਤਾਂ ਸ਼੍ਰੀਮਾਨ ਭਾਈ ਦਇਆ ਰਾਮ ਜੀ ਨੇ ਹੱਥ ਜੋੜ ਕੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਨਹੀਂ, ਨਾ ਕੋਈ ਤਕਲੀਫ, ਨਾ ਕੋਈ ਦੁੱਖ, ਨਾ ਕੋਈ ਡਰ, ਨਾ ਕੋਈ ਲੋਭ, ਆਪਣੀ ਖੁਸ਼ੀ ਦੇ ਨਾਲ ਜਿਹੜਾ ਇਹ ਪ੍ਰਥਾ ਸੀ ਕਿ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਏ, ਇਹਨੂੰ ਅੱਜ ਸਕਾਰਥ ਰੂਪ ਦੇਣ ਵਾਸਤੇ ਆਪ ਜੀ ਨੇ ਦਾਸ 'ਤੇ ਕਿਰਪਾ ਕੀਤੀ ਹੈ ਅਤੇ ਦਾਸ ਨੂੰ ਇਹ ਮਾਣ ਦੇਣ ਲੱਗੇ ਹੋ ਅਤੇ ਦਾਸ ਉੱਠ ਕੇ ਖੜ੍ਹਾ ਹੋਇਆ ਹੈ ਕਿ ਆਪ ਕਿਰਪਾ ਕਰਕੇ ਆਪਣਾ ਪ੍ਰਣ ਪੂਰਾ ਕਰੋ, ਮੈਂ ਸੀਸ ਆਪਣੀ ਖੁਸ਼ੀ ਨਾਲ ਹਾਜ਼ਰ ਕਰ ਰਿਹਾ। ਹੁਣ ਉੱਥੇ ਵਿਲੱਖਣ ਘਟਨਾ ਹੁੰਦੀ ਹੈ ਜੀ, ਕਲਗੀਧਰ ਜੀ ਉਹਨੂੰ ਤੰਬੂ ਦੇ ਵਿੱਚ ਲੈ ਜਾਂਦੇ ਨੇ ਜਿਸ ਵਿੱਚ ਧੰਨ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਹੋਇਆ ਹੈ। ਇਹ ਗੱਲ ਭਾਈ ਹਰ ਸਿੰਘ ਜੀ ਨੇ ਲਿਖੀ ਹੈ ਆਪਣੀ ਗੋਹਜ ਕਥਾ ਵਿੱਚ। ਮਹਾਂਪੁਰਸ਼ ਦੱਸਦੇ ਹੁੰਦੇ ਸੀ ਕਿ ਦਸਵੇਂ ਪਾਤਸ਼ਾਹ ਦੀ ਜਿਹੜੀ ਡਾਇਰੀ ਨੋਟ ਕਰਨ ਵਾਲੇ ਗੁਰਮੁਖ ਪਿਆਰੇ ਸਨ, ਤਾਂ ਸਤਿਗੁਰੂ ਜੀ ਨੇ ਭਾਈ ਦਇਆ ਰਾਮ ਜੀ ਦਾ ਸਿਰ ਜਿਹੜਾ ਹੈ ਉਹ ਧੜ ਨਾਲੋਂ ਕੱਟ ਦਿੱਤਾ। ਧੜ ਡਿੱਗਣ ਦੀ, ਧੜੰਮ ਕਰਨ ਦੀ ਆਵਾਜ਼ ਆਈ ਹੈ, ਸੰਗਤਾਂ ਹੈਰਾਨ ਹੋ ਗਈਆਂ ਨੇ। ਆਵਾਜ਼ ਕਿੱਦਾਂ ਦੀ ਆਈ? ਜਿੱਦਾਂ ਤਲਵਾਰ ਚੱਲੀ ਹੈ, ਸਿਰ ਲੱਥਾ ਹੈ ਅਤੇ ਜਿੱਦਾਂ ਸਰੀਰ ਡਿੱਗਦਾ ਹੈ ਥੱਲੇ, ਲਹੂ ਦੀ ਤਤੀਰੀ ਤੰਬੂ ਦੇ ਵਿੱਚੋਂ ਬਾਹਰ ਆਈ ਹੈ। ਹੁਣ ਇੱਥੇ ਕਈ ਨਿਸ਼ਰਦਕ ਲੋਕ ਪਤਾ ਕੀ ਕਹਿੰਦੇ ਆ, ਉਹ ਕਹਿੰਦੇ ਆ ਵੀ ਤੰਬੂ ਵਿੱਚ ਨਾ ਮਹਾਰਾਜ ਨੇ ਬੜੀ ਸੂਖਸ਼ਮਤਾ ਨਾਲ ਪੰਜ ਬੱਕਰੇ ਬੰਨ ਲਏ ਸੀ ਅਤੇ ਉਹਨਾਂ ਦੇ ਸਿਰ ਕੱਟ ਦਿੱਤੇ। ਹੁਣ ਇਹਨਾਂ ਲੋਕਾਂ ਨੂੰ ਪੁੱਛਣਾ ਚਾਹੀਦਾ ਹੈ, ਇਹ ਸਵਾਲ ਕੌਣ ਕਰਦੇ ਨੇ? ਮਹਾਂਪੁਰਖ ਬ੍ਰਹਮ ਗਿਆਨੀ ਤੱਤ ਬੇਤੇ ਜਿਨ੍ਹਾਂ ਨੂੰ ਗੁਰੂ ਸਾਹਿਬ 'ਤੇ, ਗੁਰਮਤ 'ਤੇ, ਗੁਰੂ ਘਰ ਦੀਆਂ ਮਰਿਆਦਾ ਉੱਤੇ, ਬਰਕਤਾਂ ਉੱਤੇ ਤਿੰਨ ਕਾਲ ਭਰੋਸਾ ਹੈ, ਸਵਾਸ ਸਵਾਸ ਭਰੋਸਾ ਹੈ। ਉਹ ਮਹਾਂਪੁਰਖ ਕੀ ਸਵਾਲ ਕਰਦੇ ਨੇ ਕਿ ਬੱਕਰੇ ਜਿਹੜੇ ਨੇ ਉਹ ਦਸਵੇਂ ਪਾਤਸ਼ਾਹ ਨੇ ਆਪ 'ਤੇ ਬੰਨੇ ਨਹੀਂ ਹੋਣੇ? ਕਿਸੇ ਸਿੱਖ ਨੂੰ ਕਿਹਾ ਹੋਊਗਾ, ਕਿਸੇ ਮਸੰਦ ਨੂੰ ਕਿਹਾ ਹੋਊਗਾ, ਉਹ ਮੰਡੀ 'ਚੋਂ ਖਰੀਦ ਕੇ ਲਿਆਇਆ ਹੋਊਗਾ, ਉਹਨੇ ਫਿਰ ਰਾਤ ਨੂੰ ਚੋਰੀ ਬੰਨੇ ਹੋਣਗੇ। ਅਤੇ ਜਦੋਂ ਸੱਚੇ ਪਾਤਸ਼ਾਹ ਨੇ ਬਚਨ ਕੀਤਾ ਵੀ ਕੋਈ ਸਿੱਖ ਸਿਰ ਦੇਵੇ ਤਾਂ ਉਸ ਸਿੱਖ ਨੂੰ ਜਾਂ ਮਸੰਦ ਨੂੰ ਸਭ ਤੋਂ ਪਹਿਲਾਂ ਉੱਠਣਾ ਚਾਹੀਦਾ ਸੀ, ਕਿਉਂਕਿ ਉਹਨੂੰ ਪਤਾ ਸੀ ਵੀ ਵੱਢਣੇ ਤਾਂ ਬੱਕਰੇ ਹੀ ਆ ਅਤੇ ਮਾਣ ਮੈਂ ਲੈ ਲਾਂ, ਸਤਿਕਾਰ ਮੈਂ ਲੈ ਲਾਂ, ਇਤਿਹਾਸ 'ਚ ਅਮਰ ਮੈਂ ਹੋ ਜਾ, ਤਾਂ ਉਹ ਉੱਠਿਆ ਕਿਉਂ ਨਾ ਵੀ ਮੈਂ ਗੁਰੂ ਦੀ ਖੁਸ਼ੀ ਲੈ ਲਵਾਂ। ਦੂਸਰਾ ਸਵਾਲ ਮਹਾਂਪੁਰਖ ਕਰਦੇ ਨੇ ਕਿ ਕਿਸੇ ਇਕੱਠ ਦੇ ਪਾਸ ਬੜਾ ਵੱਡਾ ਇਕੱਠ ਹੋਵੇ ਅਤੇ ਉਸ ਇਕੱਠ ਵਿੱਚ ਤੰਬੂ ਵਿੱਚ ਬੱਕਰੇ ਬੰਨੇ ਹੋਣ ਅਤੇ ਉਹਨਾਂ ਵਿੱਚੋਂ ਇੱਕ ਦਾ ਸਿਰ ਵੱਢ ਦਈਏ ਅਤੇ ਬਾਕੀ ਦੇ ਚਾਰ ਮਿਆਂਕ ਕੇ ਰੌਲਾ ਪਾਉਣ, ਪਤਾ ਲੱਗ ਜਾਵੇ ਕਿ ਅੰਦਰ ਤਾਂ ਬੱਕਰੇ ਦੇ ਸਿਰ ਵੱਢੀ ਦੇ, ਇਹ ਤਾਂ ਕੋਈ ਸ਼ਰਾਰਤ ਹੈ ਵੀ ਗੁਰੂ ਸਾਹਿਬ ਕਹਿੰਦੇ ਕੁਝ ਹੋਰ ਨੇ, ਕਰਦੇ ਕੁਝ ਹੋਰ ਨੇ। ਇੱਥੇ ਦਾਸ ਇੱਕ ਬੇਨਤੀ ਕਰੇ ਕਿ ਇਤਿਹਾਸ ਸਾਡਾ ਗੁਰੂ ਨਹੀਂ ਹੈ, ਇਤਿਹਾਸ ਕੀ ਹੈ? ਗਵਾਹੀ। ਗੁਰੂ ਕੌਣ ਹੈ ਸਾਡਾ? ਧੰਨ ਗੁਰੂ ਗ੍ਰੰਥ ਸਾਹਿਬ। ਅਤੇ ਅਸੀਂ ਨਾ ਇੱਕ ਗੱਲ ਦਾ ਬਹੁਤ ਪ੍ਰਚਾਰ ਕਰ ਰਹੇ ਹਾਂ ਕਿ ਗੁਰੂ ਗ੍ਰੰਥ ਸਾਹਿਬ ਗੁਰੂ ਨੇ, ਬਾਣੀ ਗੁਰੂ ਹੈ, ਉਹਦੇ ਅੱਗੇ ਅਸੀਂ ਬੜੀ ਵਿਆਖਿਆ ਵੀ ਜੋੜਦੇ ਹਾਂ ਵੀ ਗਿਆਨ ਗੁਰੂ ਹੈ। ਕਾਰਨ ਇਹ ਕਿ ਗੁਰਬਾਣੀ ਕਸਵੱਟੀ ਹੈ ਅਤੇ ਜਿਹੜੀ ਗੱਲ ਇਤਿਹਾਸ ਦੀ
समझ ना ना आवे भी ये ठीक है कि गलत है, तो कहिंदे गुरबाणी की कसवटी ते परखनी चाहीदी। हुण जिहड़े भरावां ने शंके कीते भी महाराज ने अंदर बकरे बन्ने सी, तां तुसीं गुरु ग्रंथ साहिब अगे हाथ जोड़ो, गुरु ग्रंथ साहिब की बाणी का पाठ करना शुरू कर दो। जे तां गुरु ग्रंथ साहिब की बाणी चाहुंदा वा भी गुरु इदां दी शैतानी कर लैंदा है, वी कहिंदा होर है, करदा होर है, दिखाउंदा होर है, पर नहीं। धन गुरु ग्रंथ साहिब ते इत्थों तक कह दिंदे ने जिन मन होर मुख होर से कांडे कच्चे आ, जिन्हां दे मन विच होर है ते जबान ते होर आ, वो ते कच्चे लोग ने, वो ते झूठे लोग ने बई। जदों गुरु ग्रंथ साहिब की बाणी फैसला करी जाती है तो असी कहीए भी गुरु ग्रंथ साहिब गुरु है, ज्ञान गुरु है, तो फिर भी इहो जे शंकियां नू सही मनीए तां साडे सब तो माड़े भाग ने। महाराज नू मत्था भी टेकदे, बाणी भी पढ़ते, पर फिर भी असर नहीं करते। हुण तीसरी गल, गुरबाणी कहिंदी है कि गुरु नानक देव साहिब ने धर्म चलाया है, सच की नींह ते सिख धर्म खड़ा किया है, सच कोट स्ताणी नीव दे। जे तां इह झूठ ते खड़ा हुंदा तां अज दे समें च जां पिछले समें दे विच सिखां ने सिर नहीं सी देने, क्योंकि जिहड़ी चीज़ बीजी जावे ना, गुरबाणी निजम दसदी है, दाने पुरश विद्वान धार्मिक ग्रंथ निजम दसदे ने, जिहड़ी चीज़ बीजी जावे सज्जणा उगणी उहो ही आ। जे साडी नीह च झूठ पिया हुंदा ते सिखां अंदर भी झूठ होना सी, इन्हां ने वैसे ही गल्लां करिया करनिया सी सिर देण दियां, पर देने नहीं सन, मरवा के होर किसे नूं निकल जाया करदा सी। पर तुसी इतिहास पढ़ लो, दसां पातशाहियां तो बाद किन्नियां कुरबानियां होईयां। भाई तारू सिंह जी ने खोपरा लवा लिया, भाई मनी सिंह जी बंद बंद कटवा गए। सतगुरु ने सिख धर्म की आरंभता की है सच कोट स्ताणी नीव दे, सच नूं पाया साडियां नीहां च, ते सतगुरु जी ने सच की गल की है, ते ओही गुरु अज सिखां नूं कवे सिर लैणे आ ते तंबू च जाके बकरे वटे। इतों वड्डी शैतानी, इतों वड्डा झूठ, इतों वड्डा कुफर, इतों वड्डा धोखा ये नाटक। ते गुरु साहब ते इतों तक कहिंदे ने नाटक चेटक किए कुकाजा, प्रभ लोगन कह आवत लाजा। तां एक गल याद रखियो प्रैक्टिकल, महापुरख एक बड़ी सोहनी गल करते हुंदे सी, संत बाबा शाम सिंह जी, ब्रह्म ग्यानी जिन्हां 72 साल गुरबाणी का कीर्तन किया ना सचखंड श्री हरिमंदर साहब विखे, उन्हां नूं किसी सिख ने सवाल कर दिता भी संत बाबा अतर सिंह जी जिहड़े नौजवान ने, क्यों बाबा जी की उम्र उदों 85 के 90 साल की सी, जदों संतां की उम्र 25 साल की सी, संत अतर सिंह जी मस्तू आणिआं दी, भी महाराज जी उन्हां दा असर बहुत पैंदा है, वह जे कह देण ना अमृत छक लो तो संगतां छकदियां ने, वह जे कहण बाणी पढ़ो तो संगतां पढ़ लग पैंदियां ने। गल की है तां बाबा श्याम सिंह जी महापुरखां बड़ा सोहना बचन किया, वो कहिंदे फिर उन्हां दा प्रेम गुरु नाल सच्चा होवेगा, उन्हां दी रहत सच्ची होवेगी, वो अमृत नाल प्यार करदे ने, रहत नाल प्यार करदे ने, इसे करके जो बचन करदे ने उन्हां दे बचन दा भार पैंदा है ते असर पै जांदा है। तां गुरु दा असर सिखां ते की पिया, सतगुरु आप जिथे कुरबान कर गए, साहबजादे कुरबान कर गए, उत्थे साध संगत जी उन्हां दे सिख भी कुरबानी कर गए। बस ये गल याद रखियो भी जिहदा गुरु पिता मालक रहबर एडा छलिया होवे भी तंबू च जाके बकरे वढे ते सिखां नूं कवे मैं सिर वढे, उहदा खालसा पुत कदी भी अपना सीस भेट नहीं कर सकदा। उहदे साहबजादे 7 साल 9 साल की उम्र च
ਨੀਹਾਂ ਵਿੱਚ ਖਲੋਤੇ ਜਿਵੇਂ ਸ਼੍ਰੀਮਾਨ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਕਹਿੰਦੇ ਹੁੰਦੇ ਸੀ, ਪੜ੍ਹਦੇ ਹੁੰਦੇ ਸੀ, ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ। ਉਹ ਇਹ ਗੱਲ ਕਦੀ ਵੀ ਨਹੀਂ ਕਹਿ ਸਕਦੇ। ਸਤਿਗੁਰੂ ਦੀ ਬਾਣੀ ਕੀ ਹੈ? ਕੁਸਵੱਟੀ। ਅਤੇ ਬਾਣੀ ਨੂੰ ਪੜ੍ਹ ਕੇ ਦੇਖ ਲਿਆ ਕਰੋ ਕਿ ਗੁਰੂ ਦਾ ਕੌਤਕ ਕਿੱਦਾਂ ਦਾ। ਧੰਨ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ, ਸਤਿਗੁਰ ਮੇਰਾ ਮਾਰਜ ਵੱਲ ਹੈ, ਸਤਿਗੁਰ ਮੇਰਾ ਸਰਪ੍ਰਤ ਪਾਲ ਹੈ। ਗੌੜੀ ਸੁਖਮਣੀ ਸਾਹਿਬ ਦੇ ਵਿੱਚ ਮਹਾਰਾਜ ਕਹਿੰਦੇ ਨੇ, ਮ੍ਰਿਤ ਕੌ ਜੀਵਾਲਨ ਹਾਰ, ਭੁੱਖੇ ਕੌ ਦੇਵਤ ਆਧਾਰ। ਧੰਨ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ, ਗੁਰੂ ਦੇ ਵਿੱਚ ਏਡੀ ਵੱਡੀ ਤਾਕਤ ਹੈ, ਬਰਕਤ ਹੈ, ਮ੍ਰਿਤ ਕੌ ਪਾਇਓ ਤਨ ਸਾਸਾ, ਬਿਸ਼ਰਤਾਨ ਮਿਲਾਇਆ, ਪਸ਼ੂ ਪ੍ਰੇਤ ਮੁਗਤ ਪਏ ਸਰੋਤੇ, ਹਰ ਨਾਮਾ ਮੁਖ ਗਾਇਆ। ਸੋ ਰਹੋ ਵਿਚਾਰ, ਇਹੋ ਜਿਹਾ ਸ਼ੰਕਾ ਮਹਾਂਪੁਰਸ਼ ਭਿੰਡਰਾਂ ਵਾਲੇ ਬੜੇ ਪ੍ਰੇਮ ਨਾਲ ਦੱਸਦੇ ਨੇ ਕਿ ਕਦੀ ਵੀ ਨਹੀਂ ਲਿਆਉਣਾ ਚਾਹੀਦਾ ਹੈ ਮਨ ਦੇ ਵਿੱਚ। ਇੱਕ ਔਰੰਗਜ਼ੇਬ ਦੀ CID ਮਹਿਕਮੇ ਦੇ ਅਫਸਰ ਦੀ ਜਿਹੜੀ ਚਿੱਠੀ ਹੈ ਉਹ ਤੁਸੀਂ ਪੜ੍ਹੀ ਹੋਵੇਗੀ ਜਾਂ ਸੁਣੀ ਹੋਵੇਗੀ ਵਿਦਵਾਨਾਂ ਤੋਂ। ਉਹ ਇਸ ਇਕੱਠ ਵਿੱਚ ਬੈਠਾ ਸੀ ਜਿੱਦਣ ਖਾਲਸਾ ਪੰਥ ਸਾਜਿਆ ਗਿਆ। ਉਹ ਰਿਪੋਰਟ ਕਰਦਾ ਹੋਇਆ, ਉਹ ਤਾਂ ਇੱਥੋਂ ਤੱਕ ਲਿਖਦਾ ਹੈ ਕਿ ਤੰਬੂ ਲਾਏ ਹੀ ਨਹੀਂ ਹੈ, ਸਟੇਜ 'ਤੇ ਹੀ ਸਭ ਕੁਝ ਹੋਇਆ, ਅੱਖਾਂ ਦੇ ਸਾਹਮਣੇ ਹੀ। ਕਹਿੰਦਾ ਮੇਰੇ ਸਾਹਮਣੇ ਸਿਰ ਝਟਕੇ ਨੇ ਅਤੇ ਮੇਰੇ ਸਾਹਮਣੇ ਸੁਰਜੀਤ ਹੋ ਗਏ। ਇਹ ਮੇਰੀ ਅਖੀਰਲੀ ਰਿਪੋਰਟ ਹੈ ਤੈਨੂੰ, ਹੁਣ ਮੈਂ ਗੁਰੂ ਦਾ ਸਿੱਖ ਬਣੂੰਗਾ, ਤੇਰਾ ਨੌਕਰ ਬਣ ਕੇ ਨਹੀਂ ਰਵਾਂਗਾ। ਤਾਂ ਕਹਿੰਦੇ ਉਹਨੇ ਅੰਮ੍ਰਿਤ ਛਕ ਲਏ। ਸੋ ਰਹੋ ਵਿਚਾਰ, ਤਾਂ ਸਤਿਗੁਰਾਂ ਨੇ ਭਾਈ ਦਇਆ ਰਾਮ ਜੀ ਦਾ ਸੀਸ ਕੱਟਣ ਤੋਂ ਉਪਰੰਤ ਤੰਬੂ ਤੋਂ ਬਾਹਰ ਆ ਕੇ ਦੂਸਰੇ ਸੀਸ ਦੀ ਮੰਗ ਕੀਤੀ।